ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਖਹਿਰਾ ਤੇ ਪਹਿਲਾਂ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਬੀਜੇਪੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਦਾ ਟਾਕਰਾ ਕਰਨ ਲਈ ਮੁਸਲਿਮ ਭਾਈਚਾਰੇ ਤੱਕ ਪਹੁੰਚ ਕਰਨ ਦੇ ਮਕਸਦ ਨਾਲ ਜਨਵਰੀ ਵਿੱਚ ਕੌਮੀ ਪੱਧਰੀ ਕਾਨਫਰੰਸ ਜਾਰੀ ਕਰਵਾਏ ਜਾਣ ਦਾ ਫੈਸਲਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਮਕਸਦ ਕਿਸੇ ਦੀ ਨਾਗਰਿਕਤਾ ਖੋਣਾ ਨਹੀਂ, ਬਲਕਿ ਭਾਰਤ ਦੀ ਸ਼ਰਨ ਵਿੱਚ ਆਏ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣਾ ਹੈ। ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਹੁਣ ਤੱਕ 1 ਕਰੋੜ ਤੋਂ ਵੱਧ ਮਕਾਨਾਂ ਦੀ ਉਸਾਰੀ ਨੂੰ ਮਨਜ਼ੂਰੀ। 1 ਕਰੋੜ ਦਾ ਟੀਚਾ ਹਾਸਲ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਮਹੱਤਵਪੂਰਨ ਪ੍ਰਾਪਤੀ ਦੱਸਿਆ। ਸ੍ਰੀ ਮੋਦੀ ਭਲਕੇ ਆਕਾਸ਼ਵਾਣੀ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨਾਲ ਵਿਚਾਰ ਸਾਂਝੇ ਕਰਨਗੇ। ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਹੱਡ ਚੀਰ ਮੀਂਹ, ਠੰਡ ਦਾ ਪ੍ਰਕੋਪ ਜਾਰੀ। ਪੰਜਾਬ ਵਿੱਚ ਬਠਿੰਡਾ ਘੱਟੋ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਡਾ ਇਲਾਕਾ ਰਿਹਾ। ਲੁਧਿਆਣਾ ਵਿੱਚ ਚੱਲ ਰਹੀ 70ਵੀਂ ਸੀਨੀਅਰ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਪੁਰਸ਼ ਵਰਗ ਦੀ ਟੀਮ ਖਿਤਾਬੀ ਮੁਕਾਬਲੇ ਵਿੱਚ ਪੁੱਜੀ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਵੱਲੋਂ ਜਨਵਰੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਦਾ ਟਾਕਰਾ ਕਰਨ ਲਈ ਮੁਸਲਿਮ ਭਾਈਚਾਰੇ ਤੱਕ ਪਹੁੰਚ ਕਰਨ ਦੇ ਮਕਸਦ ਨਾਲ ਕੌਮੀ ਪੱਧਰ ਤੇ ਕਾਨਫਰੰਸ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ, ਜਿਸ ਵਿੱਚ ਕੌਮੀ ਪੱਧਰ ਤੇ ਕਰਵਾਈ ਜਾਣ ਵਾਲੀ ਕਾਨਫਰੰਸ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਘੱਟ ਗਿਣਤੀ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਗਈਰੁਲ ਹਸਨ ਰਿਜ਼ਵੀ ਅਤੇ ਭਾਜਪਾ ਦੇ ਕੁਝ ਹੋਰ ਮੁਸਲਿਮ ਆਗੂ ਵੀ ਮੌਜੂਦ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਇਸ ਕਾਨਫਰੰਸ ਦਾ ਮਕਸਦ ਵਿਰੋਧੀ ਪਾਰਟੀਆਂ ਵੱਲੋਂ ਨਵੇਂ ਨਾਗਰਿਕਤਾ ਸੋਧ ਕਾਨੂੰਨ NRC NPR ਬਾਰੇ ਚਲਾਏ ਜਾ ਰਹੇ ਗਲਤ ਪ੍ਰਚਾਰ ਦਾ ਟਾਕਰਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਤੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੜ ਸਪਸ਼ਟ ਕੀਤਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਮੰਤਵ ਕਿਸੇ ਦੀ ਨਾਗਰਿਕਤਾ ਨੂੰ ਖੋਣਾ ਨਹੀਂ, ਬਲਕਿ ਗੁਆਂਢੀ ਮੁਲਕਾਂ ਤੋਂ ਤੰਗ ਪਰੇਸ਼ਾਨ ਹੋ ਕੇ ਭਾਰਤ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣਾ ਹੈ। ਉਹਨਾਂ ਘੱਟ ਗਿਣਤੀ ਭਾਈਚਾਰੇ ਅਤੇ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀ ਨਾਗਰਿਕਤਾ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਹ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੇ ਝਾਂਸੇ ਵਿੱਚ ਨਾ ਆਉਣ। ਅਮਿਤ ਸ਼ਾਹ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਰੈਲੀ ਦਾ ਪ੍ਰਬੰਧ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਵਾਲੀ ਸਰਕਾਰ ਦੇ 2 ਵਰੇ ਮੁਕੰਮਲ ਹੋਣ ਦੇ ਮੌਕੇ ਤੇ ਕੀਤਾ ਗਿਆ। ਦੇਵ ਅਤੇ ਵੀਰ ਭੂਮੀ ਹਿਮਾਚਲ ਪ੍ਰਦੇਸ਼ ਨੂੰ ਨਮਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰ ਦੀ ਰੱਖਿਆ ਵਿੱਚ ਕੁਰਬਾਨੀਆਂ ਦੇ ਮਾਮਲੇ ਵਿੱਚ ਹਿਮਾਚਲ ਹਮੇਸ਼ਾ ਮੋਰੀ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਪਹਿਲਾ ਪਰਮਵੀਰ ਚੱਕਰ ਜੇਤੂ ਹਿਮਾਚਲ ਪ੍ਰਦੇਸ਼ ਦਾ ਹੀ ਸੀ ਅਤੇ ਸੂਬੇ ਨੇ ਹੁਣ ਤੱਕ 4 ਪਰਮਵੀਰ ਚੱਕਰ ਹਾਸਲ ਕੀਤੇ ਨੇ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਰੈਂਕਿੰਗ ਪੈਨਸ਼ਨ ਦਾ ਵਾਅਦਾ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੇ ਜਾਣ ਨਾਲ ਕੱਲ੍ਹ ਕਸ਼ਮੀਰ ਵਿੱਚ ਤਿਰੰਗਾ ਸ਼ਾਨ ਨਾਲ ਲਹਿਰਾਇਆ ਗਿਆ। ਦੇਸ਼ ਕੇ ਅੰਦਰ ਮਾਈਨੋਰਿਟੀ ਕਾ ਹਰ ਵਿਅਕਤੀ ਸੁਰੱਖਿਅਤ ਰਹਿਣਾ ਚਾਹੀਏ, ਮਹਿਫੂਜ਼ ਰਹਿਣਾ ਚਾਹੀਏ, ਇਸਕੀ ਰਕਸ਼ਾ ਕਰਨੇ ਕੀ ਹਮਾਰਾ ਸੰਵਿਧਾਨਿਕ ਦਾਇਤਵ ਹੈ। ਮਗਰ ਪਾਕਿਸਤਾਨ ਮੇ ਨਹੀਂ ਹੁਆ, ਬਾਂਗਲਾਦੇਸ਼ ਮੇ ਨਹੀਂ ਹੁਆ। 30% 23% ਕੀ ਆਬਾਦੀ ਘਟਕਰ 3% ਔਰ 7% ਹੋ ਗਈ। ਧਰਮ ਕੇ ਆਧਾਰ ਪਰ ਪ੍ਰਤਾੜਨਾ ਹੋਣੇ ਲੱਗ, ਲਾਖੋਂ ਲਾਖੋਂ ਲੋਕ ਯਹਾਂ ਆਏ, ਕੋਈ ਉਨਕੀ ਸੂਦ ਨਹੀਂ ਲੇਤਾ ਥਾ। ਔਰ ਨਰੇਂਦਰ ਮੋਦੀ ਜੀ ਨੇ ਹਿੰਮਤ ਕਰ ਇਹ ਲਾਖੋਂ ਕਰੋੜੋਂ ਸ਼ਰਨਾਰਥੀ ਜੋ ਆਏ ਥੇ ਉਨਕੋ ਨਾਗਰਿਕਤਾ ਦੇਣੇ ਕੀ ਪਹਿਲ ਕੀ। ਸ਼ਾਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਗੱਲ ਸੁਣਦੀ ਏ ਅਤੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਤੱਕ ਲੈ ਕੇ ਆਉਂਦੀ ਏ, ਜਦਕਿ ਵਿਰੋਧੀ ਪਾਰਟੀਆਂ ਵਿੱਚ ਇਹ ਹਿੰਮਤ ਨਹੀਂ ਹੈ। ਉਹਨਾਂ ਕਿਹਾ ਕਿ ਆਯੁਸ਼ਮਾਨ ਭਾਰਤ ਅਤੇ ਕੇਂਦਰ ਦੀਆਂ ਹੋਰ ਭਲਾਈ ਸਕੀਮਾਂ ਦਾ ਹਿਮਾਚਲ ਪ੍ਰਦੇਸ਼ ਨੂੰ ਲਾਹਾ ਮਿਲਿਆ ਹੈ। ਉਹਨਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਸਰਬਪੱਖੀ ਵਿਕਾਸ ਲਈ 13,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਰੈਲੀ ਵਿੱਚ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ JP ਨੱਡਾ, ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਪਾਰਟੀ ਦੇ ਸੀਨੀਅਰ ਨੇਤਾ ਵੀ ਮੌਜੂਦ ਸਨ। ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ
कि राष्ट्रीय जनसंख्या रजिस्टर गरीबों की पछाण करन विच सहाई साबित होगा। कल नवी दिल्ली विच भारतीय जनता पार्टी के मुख दफ्तर विच पत्रकारां नाल गलबात करदिआं पार्टी के सीनियर नेता ते केंद्रीय मंत्री प्रकाश जावड़ेकर ने कहा कि इस नाल गरीबों की शनाखत करके लोड़ीदियां योजनावां बनाउण विच मदद मिलेगी। उन्होंने कहा कि कांग्रेस के नेता राहुल गांधी वालों कल दिए गए बयान से हैरानी जताई, जिस विच राहुल गांधी ने कहा कि NPR गरीबों पर टैक्स होगा। जावड़ेकर ने कहा कि जब NPR विच किसे तो कुछ लिया ही नहीं जाना तो टैक्स का सवाल कितों आ जाता है। उन्होंने कहा कि हर थां ते टैक्स वसूलना भारतीय जनता पार्टी की सोच कदे नहीं रही। उन्होंने कहा कि मोदी सरकार ने लोगों को 120 करोड़ तो वध आधार कार्ड मुहैया करवाए ने ते वख-वख योजनावां हेठ 9 लाख करोड़ रुपए की रकम गरीबों के खाते में जमा करवाई गई है, जिहड़ी कि ज़्यादातर पहलां विचोलिए खा जांदे सन। NPR के डाटा के आधार पर अनेक राज्यों ने अपने राज्य में बेनिफिशियरीज का सिलेक्शन किया। अब वही 2020 में हो रहा है। लेटेस्ट स्थिति आएगी सामने। उपराष्ट्रपति एम वेंकैया नायडू ने कहा है कि देश के अर्थचारे की मठी रफ्तार अस्थाई तौर पर आने वाले कुछ समय दौरान देश की आर्थिकता मुड़ तेजी नाल अगे वधेगी। रायपुर विच इंडियन इकोनॉमिक एसोसिएशन की 102वीं सालाना कॉन्फ्रेंस में संबोधन करदे उपराष्ट्रपति ने कहा कि देश के अर्थचारे संबंधी सकारात्मक सोच अपनानी चाहिए। उन्होंने कहा कि मौजूदा समय भारतीय अर्थचारे को कई तरह की चुनौतियों से जूझना पै रहा है। नायडू ने कहा कि हरेक अर्थचारे में उतरा चढ़ा आने समय तकाजा ने ते भारतीय अर्थचारा भी मौजूदा समय में इस दौर में गुजर रहा है। उपराष्ट्रपति ने कहा कि केंद्र सरकार वालों विमुद्रीकरण GST ते होर कई तरह के वड्डे आर्थिक सुधार किए गए ने जिन्हों का नतीजा भविख में वधेरे सकारात्मक रहेगा। उन्होंने कहा कि GST के लागू होने 66 लाख तो वध नवे करदाता दर्ज किए गए हैं, जिस नाल टैक्सा तो होने वाली आमदन में कई फीसद तक वाधा होया है। नायडू ने कहा कि केंद्र सरकार वालों खेतीबाड़ी सैक्टर की आमदन में दुगनी करने 2022 तक का टीचा निर्धारित किया। उन्होंने कहा कि भारतीय अर्थचारे को $5 trillion का आकार देने लिए भी कोशिशां कीतियां जा रही हैं। Maintaining higher economic growth with fiscal prudence and monetary discipline requires resolute policy and legislative intervention. कर और कर्जा का अनुशासन अर्थव्यवस्था के लिए जरूरी है। Like in the previous times, this time also the global slowdown has affected us. It is being said that this slowdown of the Indian economy is cyclical. I am confident that the things would look up and our economy would rebound in the near future. केंद्र सरकार वालों सहायता प्राप्त प्रधानमंत्री शहरी आवास योजना तहत हुण तक 1 करोड़ तो वध मकानां दी उसारी नूं मंजूरी दे दित्ती जा चुकी है। नवी दिल्ली विच प्रेस कॉन्फ्रेंस नूं संबोधन करदे केंद्रीय मकान उसारी ते शहरी मामलों बारे मंत्री हरदीप सिंह पुरी ने दस्सिया कि मंत्रालय वालों 6.5 लाख मकानां दी उसारी नूं मंजूरी देण नाल 1 करोड़ तो वध दा टीचा हासिल कर लिया गया है। अगले 3 तो 4 महीने तक मंत्रालय वालों 1.12 करोड़ मकानां दी उसारी नूं मंजूरी दे दित्ती जाएगी। उन्होंने दस्सिया कि इस योजना तहत 57 लाख मकानां दी उसारी चल रही है, जबकि 30 लाख तो वध मकान उसारे जा चुके ने। वन ऑफ द मोस्ट इंपॉर्टेंट अर्बन रिजुविनेशन स्कीम्स दैट द प्राइम मिनिस्टर लॉन्च्ड आफ्टर द न्यू गवर्नमेंट टुक ऑफिस इन May 2014 एंड द स्कीम्स वर अनाउंस्ड इन June 2015 इज अ रोरिंग सक्सेस ऑफ द प्रधानमंत्री आवास योजना। मंत्रालय के सकत्र दुर्गा शंकर मिश्रा ने दस्सिया कि वख-वख कैटेगरियां तहत मकानां दी उसारी नूं मंजूरी दित्ती गई है, जिन्हां विचों बुजुर्गां लई 5,80,000, उसारी मजदूरां लई 2 लाख, घरेलू कामियां लई 1.5 लाख, हुनरमंदां लई भी 1.5 लाख अते ट्रांसजेंडरां लई 770 मकानां नूं मंजूरी दित्ती गई है। मिश्रा ने दस्सिया कि हुण तक शहरी आवास योजना तहत 60,000 करोड़ रुपए की केंद्रीय सहायता जारी की जा चुकी है। प्रधानमंत्री नरेंद्र मोदी ने PM शहरी आवास योजना तहत 1 करोड़ मकान बनाए जाने को महत्वपूर्ण प्राप्ति दस्सिया। प्रधानमंत्री ने ट्वीट करदिया दस्सिया है कि यह प्राप्ति शहरी मामलों बारे मंत्रालय और शहरी खेत्र के गरीबों और मध्य वर्ग के लोगों की प्राप्ति है। उन्होंने कहा कि यह टीचा पारदर्शिता, तकनोलॉजी की वरतों और तेज रफ्तार नाल योजना लागू करने की बदौलत हासिल होया है। प्रधानमंत्री ने मंत्रालय की टीम वधाई देंदिया हरेक पार्टी नागरिकता छत मुहैया करवाने मेहनत नाल काम करने की अपील की है।
ਪ੍ਰਧਾਨਮੰਤਰੀ ਮੋਦੀ 2 ਅਤੇ 3 ਜਨਵਰੀ ਨੂੰ ਕਰਨਾਟਕ ਦੇ ਦੌਰੇ ਤੇ ਜਾਣਗੇ, ਜਿੱਥੇ ਉਹ 2 ਜਨਵਰੀ ਨੂੰ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕਰਨਗੇ ਅਤੇ ਕਿਸਾਨਾਂ ਦੀਆਂ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ। ਸਰਕਾਰੀ ਬਿਆਨ ਮੁਤਾਬਕ ਸ੍ਰੀ ਮੋਦੀ ਕਰਨਾਟਕ ਦੇ ਦੌਰੇ ਤੁਮਕੁਰੂ ਵਿਚਲੇ ਸ੍ਰੀ ਸਿੱਧ ਗੰਗਾ ਮੱਠ ਵੀ ਜਾਣਗੇ, ਜਿਸ ਮਗਰੋਂ ਉਹ ਕ੍ਰਿਸ਼ੀ ਕਰਮਨ ਪੁਰਸਕਾਰ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਚੁਣੇ ਗਏ ਕਿਸਾਨਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਅਗਲੇ ਦਿਨ ਪ੍ਰਧਾਨ ਮੰਤਰੀ ਬੰਗਲੁਰੂ ਦੀ ਖੇਤੀਬਾੜੀ ਵਿਗਿਆਨਕ ਯੂਨੀਵਰਸਿਟੀ ਇੰਡੀਅਨ ਸਾਇੰਸ ਕਾਂਗਰਸ ਦੇ 107ਵੇਂ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਇਸ ਦੌਰਾਨ ਸ੍ਰੀ ਮੋਦੀ ਰੱਖਿਆ ਖੋਜ ਵਿਕਾਸ ਸੰਗਠਨ ਦਾ ਵੀ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਦੇ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਤਹਿਤ ਦੇਸ਼ ਵਾਸੀਆਂ ਨਾਲ ਵਿਚਾਰ ਸਾਂਝੇ ਕਰਨਗੇ। ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਦੀ ਇਹ 60ਵੀਂ ਕੜੀ ਹੋਵੇਗੀ। ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਕੇਂਦਰਾਂ ਤੋਂ ਭਲਕੇ ਸਵੇਰੇ 11 ਵਜੇ ਪ੍ਰਸਾਰਣ ਕੀਤਾ ਜਾਵੇਗਾ। ਉਸਦੇ ਤੁਰੰਤ ਬਾਅਦ ਮਨ ਕੀ ਬਾਤ ਦਾ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਣ ਕੀਤਾ ਜਾਵੇਗਾ। ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰਣ ਦਾ DD ਪੰਜਾਬੀ ਅਤੇ ਭਲਕੇ ਰਾਤ 10 ਵਜੇ ਮੁੜ ਪ੍ਰਸਾਰਣ ਕੀਤਾ ਜਾਵੇਗਾ। ਫਤਿਹਗੜ੍ਹ ਸਾਹਿਬ ਵਿੱਚ ਜਾਰੀ ਸ਼ਹੀਦੀ ਜੋੜ ਮੇਲੇ ਨੇ ਅੱਜ 3ਜੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ। 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿੱਚ ਇਹ ਜੋੜ ਮੇਲਾ ਵੀਰਵਾਰ ਸ਼ੁਰੂ ਹੋਇਆ। ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਲਈ ਸਜਾਇਆ ਜਾ ਰਿਹਾ ਹੈ। ਜੋੜ ਮੇਲੇ ਦੇ ਕੱਲ੍ਹ 2ਜੇ ਦਿਨ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰਾ ਠੰਡਾ ਬੁਰਜ ਅਤੇ ਗੁਰਦੁਆਰਾ ਜੋਤੀ ਸਰੂਪ ਪਹੁੰਚ ਕੇ ਨਤਮਸਤਕ ਹੋਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਢੁੱਕਵੇਂ ਬੰਦੋਬਸਤ ਕੀਤੇ ਗਏ। ਸੁਰੱਖਿਆ ਦੇ ਨਜ਼ਰੀਏ ਤੋਂ ਪੰਜਾਬ ਪੁਲਿਸ ਇਲਾਵਾ NCC ਦੇ ਕੈਡਿਟਾਂ ਨੂੰ ਸ਼ਰਧਾਲੂਆਂ ਦੀ ਸਹਾਇਤਾ ਲਈ ਤਾਇਨਾਤ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਹੱਡ-ਚੀਰਵੀਂ ਠੰਡ ਦਾ ਪ੍ਰਕੋਪ ਜਾਰੀ ਹੈ। ਜੰਮੂ ਅਤੇ ਕਸ਼ਮੀਰ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਮਗਰੋਂ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਪਾਰਾ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਮੌਸਮ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਰਿਆਣਾ ਦੇ ਹਿਸਾਰ ਵਿੱਚ ਸਭ ਤੋਂ ਘੱਟ 0.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿਸ ਵਿੱਚ ਘੱਟੋ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 5.6 ਡਿਗਰੀ, ਜਲੰਧਰ ਵਿੱਚ 5.7 ਡਿਗਰੀ, ਗੁਰਦਾਸਪੁਰ ਵਿੱਚ 5.8 ਡਿਗਰੀ ਅਤੇ ਪਟਿਆਲਾ ਵਿੱਚ ਘੱਟੋ ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਦੀ ਸਥਿਤੀ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਉਧਰ ਕੌਮੀ ਰਾਜਧਾਨੀ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਹਿਕਮੇ ਮੁਤਾਬਕ ਦਿੱਲੀ ਵਿੱਚ 1997 ਤੋਂ ਬਾਅਦ ਇਹ ਸਭ ਤੋਂ ਲੰਬਾ ਸਰਦ ਦਸੰਬਰ ਮਹੀਨਾ ਹੈ। ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਵਿੱਚ ਬਹੁਤੀਆਂ ਥਾਵਾਂ 'ਤੇ ਘੱਟੋ ਘੱਟ ਤਾਪਮਾਨ ਮਨਫੀ ਤੋਂ ਹੇਠਾਂ ਚੱਲ ਰਿਹਾ ਹੈ, ਜਿਸ ਨਾਲ ਆਮ ਲੋਕਾਂ ਨੂੰ ਘਰੇਲੂ ਵਰਤੋਂ ਦੇ ਪਾਣੀ ਅਤੇ ਆਵਾਜਾਈ ਸੰਬੰਧੀ ਦਿੱਕਤਾਂ ਪੇਸ਼ ਆ ਰਹੀਆਂ ਨੇ। ਸ੍ਰੀਨਗਰ ਦੀ ਡਲ ਝੀਲ ਵਿੱਚ ਪਾਣੀ ਦੀ ਮੋਟੀ ਪਰਤ ਜੰਮ ਗਈ ਹੈ। ਜੰਮੂ ਕਸ਼ਮੀਰ ਕੌਮੀ ਸ਼ਾਹਰਾਹ ਅਤੇ ਨਗਰੋਟਾ ਨੇੜੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ ਹੈ, ਜਿਸ ਕਾਰਨ ਕਿਸੇ ਵੀ ਵਾਹਨ ਨੂੰ ਕਸ਼ਮੀਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਨਵੀਂ ਦਿੱਲੀ ਵਿੱਚ ਖੇਡੇ ਜਾ ਰਹੇ ਬਾਕਸਿੰਗ ਓਲੰਪਿਕ ਕੁਆਲੀਫਾਈਨਲ ਟਰਾਇਲ ਦੇ ਮਹਿਲਾ ਵਰਗ ਦੇ 51 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਅੱਜ MC ਮੈਰੀਕੌਮ ਦਾ ਮੁਕਾਬਲਾ ਨਿਖਾਤ ਜ਼ਰੀਨ ਨਾਲ ਹੋਵੇਗਾ। ਕੱਲ੍ਹ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿੱਚ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਜ਼ਰੀਨ ਨੇ ਜੋਤੀ ਗੁਲਿਆ ਨੂੰ ਹਰਾ ਕੇ ਫਾਈਨਲ ਵਿੱਚ ਦਾਖਲਾ ਲਿਆ। ਦੂਜੇ ਸੈਮੀਫਾਈਨਲ ਵਿੱਚ MC ਮੈਰੀਕੌਮ ਨੇ ਰੀਤੂ ਗਰੇਵਾਲ ਨੂੰ ਹਰਾਇਆ। ਓਲੰਪਿਕ ਕੁਆਲੀਫਾਈਨਲ ਮੁਕਾਬਲੇ ਅਗਲੇ ਵਰ੍ਹੇ ਫਰਵਰੀ ਵਿੱਚ ਚੀਨ ਵਿੱਚ ਖੇਡੇ ਜਾ ਰਹੇ ਹਨ, ਜਿਸ ਵਿੱਚ ਮਹਿਲਾਵਾਂ ਦੀਆਂ 5 ਕੈਟੇਗਰੀਆਂ ਦੇ ਟਰਾਇਲਾਂ ਲਈ ਕਰਵਾਏ ਜਾ ਰਹੇ ਮੁਕਾਬਲਿਆਂ ਦਾ ਅੱਜ ਆਖਰੀ ਦਿਨ ਨੇ, ਜਦਕਿ ਪੁਰਸ਼ ਵਰਗ ਦੇ 2 ਦਿਨਾਂ ਟਰਾਇਲ ਮੁਕਾਬਲੇ ਭਲਕੇ ਕਰਨਾਟਕ ਦੇ ਬਲਾਰੇ ਵਿੱਚ ਸ਼ੁਰੂ ਹੋਣਗੇ। ਲੁਧਿਆਣਾ ਵਿੱਚ ਚੱਲ ਰਹੀ 70ਵੀਂ ਸੀਨੀਅਰ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਪੁਰਸ਼ ਵਰਗ ਟੀਮ ਦੀ ਖਿਤਾਬੀ ਮੁਕਾਬਲੇ ਵਿੱਚ ਪਹੁੰਚ ਗਈ ਹੈ। ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਕੱਲ੍ਹ ਖੇਡੇ ਗਏ ਸੈਮੀਫਾਈਨਲ ਮੈਚ ਵਿੱਚ ਪੰਜਾਬ ਨੇ ਉੱਤਰਾਖੰਡ ਨੂੰ 79-67 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ਵਿੱਚ ਤਾਮਿਲਨਾਡੂ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ, ਜਿਨ੍ਹਾਂ ਵਿੱਚੋਂ ਇੱਕ ਟੀਮ ਪਿਛਲੀ ਵਾਰ ਜੇਤੂ ਪੰਜਾਬ ਨਾਲ ਭਿੜੇਗੀ। ਮਹਿਲਾ ਵਰਗ ਦਾ ਖਿਤਾਬੀ ਮੁਕਾਬਲਾ ਰੇਲਵੇ ਅਤੇ ਕੇਰਲ ਵਿਚਾਲੇ ਖੇਡਿਆ ਜਾਵੇਗਾ। ਕੱਲ੍ਹ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਰੇਲਵੇ ਨੇ ਮੱਧ ਪ੍ਰਦੇਸ਼ ਨੂੰ 106-37 ਅੰਕਾਂ ਦੇ ਫਰਕ ਨਾਲ ਹਰਾਇਆ, ਜਦਕਿ ਦੂਜੇ ਮੈਚ ਵਿੱਚ ਕੇਰਲ ਨੇ ਪੰਜਾਬ ਨੂੰ 62 ਦੇ ਮੁਕਾਬਲੇ 73 ਅੰਕਾਂ ਨਾਲ ਮਾਤ ਦਿੱਤੀ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣੀਆਂ ਖਬਰਾਂ ਇੱਕ ਵਾਰ ਫੇਰ ਤੋਂ। ਬੀਜੇਪੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਦਾ ਟਾਕਰਾ ਕਰਨ ਲਈ ਮੁਸਲਿਮ ਭਾਈਚਾਰੇ ਤੱਕ ਪਹੁੰਚ ਕਰਨ ਦੇ ਮਕਸਦ ਨਾਲ ਜਨਵਰੀ ਵਿੱਚ ਕੌਮੀ ਪੱਧਰ ਕਾਨਫਰੰਸ ਕਰਵਾਏ ਜਾਣ ਦਾ ਫੈਸਲਾ।
केंद्रीय गृह मंत्री अमित शाह ने कहा कि नागरिकता शोध कानून का मकसद किसी की नागरिकता खोना नहीं बल्कि भारत की शरण में आए कट गिनतियों को नागरिकता देना है। प्रधानमंत्री शहरी आवास योजना तहत हुण तक 1 करोड़ तो वध मकानां दी उसारी नूं मंजूरी 1 करोड़ दा टीचा हासिल करन ते प्रधानमंत्री नरेंद्र मोदी ने इस नूं महत्वपूर्ण प्राप्ति दस्या। श्री मोदी बल्कि आकाशवाणी प्रोग्राम मन की बात राहीं देशवासियां नाल विचार सांझे करनगे। पंजाब अते हरियाणा समेत पूरे उत्तरी भारत विच हड़चीनवी ठंड दा प्रकोप जारी। पंजाब विच बठिंडा घट्टो घट्ट तापमान 2.8 डिग्री सैलसीयस नाल सूबे दा सब तो ठंडा इलाका रहा। लुधियाना में चल रही 70वीं सीनियर कौमी बास्केटबॉल चैंपियनशिप में पंजाब की पुरुष वर्ग की टीम की खिताबी मुकाबले में पुजी। इसी खबरों का बुलेटिन समाप्त होता है। दे इजाजत, नमस्कार।